ਪਿਛਲੇ ਕਈ ਦਿਨਾਂ ਤੋਂ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਦੇਖਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਵੱਡਾ ਫੈਸਲਾ ਲੈਂਦਿਆਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਅਕਾਲੀ ਦਲ ਤੋਂ ਮੁਲਤਵੀ ਕਰ ਦਿੱਤਾ ਹੈ। ਪਾਰਟੀ ਨੇ 15 ਦਿਨਾਂ 'ਚ ਦੋਵਾਂ ਤੋਂ ਜਵਾਬ ਮੰਗਿਆ ਹੈ। ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਦੇ ਖਿਲਾਫ ਗਤੀਵਿਧੀਆਂ ਨੂੰ ਦੇਖਦੇ ਹੋਏ ਕੋਰ ਕਮੇਟੀ ਦੇ ਵਿੱਚ ਰਿਪੋਰਟ ਪੇਸ਼ ਕੀਤੀ, ਜਿਸ ਤੋਂ ਬਾਅਦ ਪਾਰਟੀ ਇਸ ਮਾਮਲੇ 'ਚ ਅਗਲਾ ਫੈਸਲਾ ਦੋਵਾਂ ਦੇ ਜਵਾਬ ਦੇਣ ਤੋਂ ਬਾਅਦ ਹੀ ਕਰੇਗੀ। ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਹਿਬ ਨੇ ਪਿਛਲੇ ਦਿਨਾਂ ਸੰਗਰੂਰ ਜ਼ਿਲ੍ਹੇ ਦੀ ਜਿਹੜੀ ਆ ਅਬਜ਼ਰਵਰ ਆ, ਉੱਥੇ ਉਹਨਾਂ ਨੇ ਵਰਕਰਾਂ ਦੀ ਮੀਟਿੰਗ ਕੀਤੀ ਸੀ, ਜਿਹਦੇ ਵਿੱਚ ਇੱਕ ਲਿਖਤੀ ਰੈਜੂਲੇਸ਼ਨ ਜਿਹੜਾ ਸੰਗਰੂਰ ਦੇ ਸਾਰੇ ਸੀਨੀਅਰ ਲੀਡਰ ਸਾਹਿਬਾਨ ਨੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਦੀ ਅਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਸਾਹਿਬ ਦੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਸੰਬੰਧ ਦੇ ਵਿੱਚ ਵਿਸਤਾਰ ਦੇ ਵਿੱਚ ਲਿਖ ਕੇ ਕੋਰ ਕਮੇਟੀ ਨੂੰ ਭੇਜਿਆ ਸੀ ਕਿ ਉਹਨਾਂ ਦੀਆਂ ਜਿਹੜੀਆਂ ਗਤੀਵਿਧੀਆਂ ਪਾਰਟੀ ਦੇ ਖਿਲਾਫ ਆ, ਇਸ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਹ ਸਰਦਾਰ ਸਿਕੰਦਰ ਸਿੰਘ ਮਲੂਕਾ ਸਾਹਿਬ ਵੱਲੋਂ ਕੋਰ ਕਮੇਟੀ ਦੇ ਵਿੱਚ ਆਪਣੀ ਟਿੱਪਣੀ ਸਹਿਤ ਪੇਸ਼ ਕੀਤਾ ਗਿਆ, ਜਿਹਦੇ 'ਤੇ ਸਾਰੀ ਕੋਰ ਕਮੇਟੀ ਨੇ ਫੈਸਲਾ ਕਰਕੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਸਾਹਿਬ ਨੂੰ ਵੀ ਅਤੇ ਸਰਦਾਰ ਪਰਮਿੰਦਰ ਸਿੰਘ ਢੀਂਡਸਾ ਜੀ ਨੂੰ ਪਾਰਟੀ ਤੋਂ ਫਿਲਹਾਲ ਮੁਅੱਤਲ ਕੀਤਾ ਔਰ ਚਾਰਜਸ਼ੀਟ ਇਸ਼ੂ ਕਰਨ ਵਾਸਤੇ ਜਿਹੜੀ ਹੈ ਉਹਨਾਂ ਦੀ ਉਹ ਫੈਸਲਾ ਹੋਇਆ ਕਿ ਉਹਨਾਂ ਨੂੰ ਲਿਖਤੀ ਚਾਰਜਸ਼ੀਟ ਭੇਜੀ ਜਾਏਗੀ ਔਰ 2 ਹਫ਼ਤੇ ਦੇ ਵਿੱਚ ਉਹਦਾ ਰਿਪਲਾਈ ਜਿਹੜਾ ਉਹਨਾਂ ਤੋਂ ਮੰਗਿਆ ਜਾਏਗਾ। ਉਹਨਾਂ ਦੇ ਰਿਪਲਾਈ ਨੂੰ ਵਾਚਣ ਤੋਂ ਬਾਅਦ ਫਿਰ ਹੋਰ ਜਿਹੜੀ ਕੋਈ ਪਾਰਟੀ ਦੀ ਅਗਲੀ ਕਾਰਵਾਈ ਹੋਈ ਉਹ ਕਰਨਗੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਿਜਲੀ ਦੇ ਬਿੱਲਾਂ 'ਚ ਕੀਤੇ ਗਏ ਵਾਧੇ ਬਾਰੇ ਅਕਾਲੀ ਦਲ ਦਾ ਵਫਦ 15 ਜਨਵਰੀ ਨੂੰ ਰਾਜਪਾਲ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਮੰਗ ਪੱਤਰ ਸੌਂਪੇਗਾ। ਕਾਂਗਰਸ ਪਾਰਟੀ ਦੇ ਲੀਡਰਾਂ ਨੇ ਜਿਸ ਤਰੀਕੇ ਮਿਲੀ ਭੁਗਤ ਕਰਕੇ ਸੁਪਰੀਮ ਕੋਰਟ ਦੇ ਵਿੱਚੋਂ ਬਿਜਲੀ ਬੋਰਡ ਦਾ ਕੇਸ ਹਾਰ ਕੇ 4100 ਕਰੋੜ ਰੁਪਇਆ ਪੰਜਾਬ ਦੇ ਲੋਕਾਂ ਨੂੰ ਪਾਇਆ, ਇੱਕ ਬਹੁਤ ਵੱਡਾ ਸਕੈਂਡਲ। ਇਹਨੂੰ ਅਸੀਂ ਉਸ ਦਿਨ ਪ੍ਰੈਸ ਮੀਟ ਕਰਕੇ ਐਕਸਪੋਜ਼ ਵੀ ਕੀਤਾ ਸੀ। ਹੁਣ ਇੱਕ ਫੈਸਲਾ ਹੋਇਆ ਕਿ 15 ਤਰੀਕ ਨੂੰ ਅਸੀਂ ਮਾਣਯੋਗ ਗਵਰਨਰ ਸਾਹਿਬ ਨੂੰ ਮਿਲ ਕੇ ਇਹਦੇ ਵਿੱਚ ਇਨਕੁਆਇਰੀ ਦੀ ਮੰਗ ਕਰਾਂਗੇ ਵੀ ਉਹ ਮੂਲੀ ਭੁਗਤ ਦੇ ਪਿੱਛੇ ਕਿਹੜੇ ਲੀਡਰ ਹੈ, ਕਿਹੜੇ ਮੰਤਰੀ ਆ, ਕਿਹੜੇ ਅਫਸਰ ਹੈ, ਜਿਨ੍ਹਾਂ ਨੇ ਜਿਹੜਾ 2 ਵਾਰੀ ਕੇਸ ਜਿੱਤਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੇਲੇ ਦਾ ਕੇਸ ਗਲਤ ਤੱਤ ਪੇਸ਼ ਕਰਕੇ ਅਤੇ ਜਾਣ ਬੁੱਝ ਕੇ ਜਿਹੜਾ ਸੁਪਰੀਮ ਕੋਰਟ ਦੇ ਵਿੱਚੋਂ ਹਾਰਿਆ, ਜਿਹਦਾ ਖਮਿਆਜ਼ਾ ਅੱਜ ਸਾਰੇ ਪੰਜਾਬ ਦੀ ਜਿਹੜੀ ਗਰੀਬ ਜਨਤਾ ਉਹਨੂੰ ਭੁਗਤਣਾ ਪੈ ਰਿਹਾ। ਮੀਟਿੰਗ 'ਚ ਇਹ ਫੈਸਲਾ ਵੀ ਕੀਤਾ ਗਿਆ ਕਿ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ 'ਚ ਮੁਲਾਕਾਤ ਕਰੇਗਾ। ਕੱਲ੍ਹ ਸ਼ਾਮ ਨੂੰ ਦਿੱਲੀ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਪਾਰਟੀ ਦੀ ਕੋਰ ਕਮੇਟੀ ਦਾ ਡੈਲੀਗੇਸ਼ਨ ਮਿਲੇਗਾ। ਉਹਦੇ 'ਚ 3 ਮੁੱਦੇ ਹੈ ਮੁੱਖ। ਇੱਕ ਤਾਂ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ 400 ਸਾਲਾ ਪ੍ਰਕਾਸ਼ ਦਿਹਾੜਾ ਆ ਰਿਹਾ, ਉਹ ਸ਼ਤਾਬਦੀ ਨੂੰ ਜਿਹੜੀ ਹੈ ਨੈਸ਼ਨਲ ਪੱਧਰ ਦੇ ਉੱਤੇ ਮਨਾਉਣ ਵਾਸਤੇ ਕਮੇਟੀ ਬਣਾਉਣ ਵਾਸਤੇ ਉਹ ਅਸੀਂ ਕੱਲ੍ਹ ਉੱਥੇ ਉਹਨਾਂ ਤੋਂ ਮੰਗ ਕਰਾਂਗੇ। ਇੱਕ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਫਾਂਸੀ ਦੀ ਸਜ਼ਾ ਮਾਫ਼ ਕਰਨ ਦਾ ਜਿਹੜਾ ਕੇਸ ਹੈ ਉਹਦੀ ਪੈਰਵੀ ਕਰਾਂਗੇ ਔਰ ਇੱਕ ਜਿਹੜਾ ਪਿੱਛੇ ਨਨਕਾਣਾ ਸਾਹਿਬ ਦੇ ਉੱਤੇ ਅਟੈਕ ਹੋਇਆ ਔਰ ਇੱਕ ਸਿੱਖ ਨੌਜਵਾਨ ਦਾ ਉੱਥੇ ਮਰਡਰ ਹੋਇਆ ਪਾਕਿਸਤਾਨ ਦੇ ਵਿੱਚ, ਉੱਥੇ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈ ਕੇ ਉਹ ਵੀ ਇਸ਼ੂ ਉਹਨਾਂ ਦੇ ਨਾਲ ਅਸੀਂ ਡਿਸਕਸ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਸੰਗਰੂਰ ਅਤੇ ਬਰਨਾਲਾ ਜ਼ਿਲ੍ਹੇ ਦੇ ਸੀਨੀਅਰ ਆਗੂਆਂ ਨੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ
ਢੀਂਡਸਾ ਪਿਓ ਪੁੱਤ ਨੂੰ ਪਾਰਟੀ 'ਚੋਂ ਮੁਲਤਵੀ ਕਰਨ ਲਈ ਮੰਗ ਪੱਤਰ ਦਿੱਤਾ ਸੀ, ਜਿਸ 'ਤੇ ਅਕਾਲੀ ਦਲ ਨੇ ਅਮਲ ਕਰਦਿਆਂ ਦੋਵਾਂ ਨੂੰ ਪਾਰਟੀ ਤੋਂ ਮੁਲਤਵੀ ਕਰ ਦਿੱਤਾ ਹੈ ਅਤੇ ਪਾਰਟੀ ਨੇ ਦੋਵਾਂ ਤੋਂ 15 ਦਿਨਾਂ 'ਚ ਜਵਾਬ ਮੰਗਿਆ ਹੈ। ਚੰਡੀਗੜ੍ਹ ਤੋਂ ਦਰਸ਼ਨ ਸਿੰਘ ਖੋਖਰ ਦੀ ਰਿਪੋਰਟ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।